ਜਿਹੜੇ ਫਾਲਤੂ ਬੂਟੀ ਹੋਈ ਵੀ ਇਸੇ ਕੱਢਣਾ ਪੈ ਸੀ ਕਬਰਿਸਤਾਨ ਉੱਤੇ ਵੀ ਜਿਹੜੀ ਕੋਈ ਫਾਲਤੂ ਘਾਹ ਜਾਂ ਬੂਟੀ ਹੈ ਉਹ ਵੀ ਰਿਮੂਵ ਕਰ ਸਾਂ ਮੈਂ ਇਹਨਾਂ ਨਾਲ ਜ਼ੁਲਮ ਨਾ ਕਰਨਾ ਚਾਹੁੰਦਾ ਇਹਨਾਂ ਦੀ ਮਾਂ ਬਣਾਈ ਵੀ ਚੋਕ ਦੇਣੇ ਅਤੇ ਮੈਂ ਇਹਨੇ ਇੱਥੋਂ ਥੋੜ੍ਹਾ ਜਿਹਾ ਕਰਨਾ ਪਿਆ ਇਹ ਬੂਟੀ ਛੂਟੀ ਸਫਾਈ ਕੀਤੀ ਇਹ ਬੂਟੇ ਤਾਂ ਕਿਸੇ ਨੂੰ ਬਾਕੀ ਕੋਈ ਥੋੜ੍ਹੀ ਬਹੁਤ ਜਿਹੜੀ ਕਸਰ ਹੀ ਜਾਂ ਸੀ ਇਨ ਸ਼ਾ ਅੱਲਾ ਮਸ਼ੀਨ ਨਾਲ ਕੱਢੀ ਗਈ ਸੀ ਅਤੇ ਕਿਸੇ ਨੂੰ ਕਿਸੇ ਪਹਿਲੇ ਬੂਟੀ ਸੀ ਹੁਣ ਸਾਫ਼ ਸੁਥਰਾ ਮਾਹੌਲ ਦੇ ਗਿਆ ਲੱਖਾਂ ਤੇ ਕਰੋੜਾਂ ਦਰੂਦ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਅਕਦਸ ਤੇ ਦਾਬ ਸੱਲੱਲਾਹੁ ਅਲੈਹਿ ਵਸੱਲਮ ਦੀ ਆਲ ਤੇ ਨਾਜ਼ਰੀਨ ਕੀ ਹਾਲ ਹਨ ਤੁਸੀਂ ਠੀਕ ਹੋ ਸਿਹਤ ਤਬੀਅਤ ਠੀਕ ਹੈ ਉਮੀਦ ਕਰਨਾ ਕਿ ਬਿਲਕੁਲ ਖੈਰ ਵਫੀਅਤ ਨਾਲ ਹੋ ਸੋ ਅੱਲਾਹ ਤਾਲਾ ਨਹੀਂ ਹਿਫਜ਼ ਮੈਂ ਤੁਹਾਡਾ ਆਪਣਾ ਮੇਜ਼ਬਾਨ ਹਾਫਿਜ਼ ਮੁਹੰਮਦ ਰਮਜ਼ਾਨ ਦੇ ਦੋਸਤ ਕਹਿੰਦੇ ਪਿਆ ਆਪਣਾ ਫੈਮਿਲੀ ਯੂਟਿਊਬ ਚੈਨਲ ਹਾਫਿਜ਼ ਰਮਜ਼ਾਨ ਵਲੋਗ ਇੱਕ ਵਾਰੀ ਬਾਅਦ ਹਾਜ਼ਰ ਰੱਖਣਾ ਮੈਂ ਵੀਡੀਓ ਵਿੱਚ ਉਮੀਦ ਕਰਨਾ ਕਿ ਤਾਂ ਅੱਜ ਦੀ ਵੀਡੀਓ ਅੱਜ ਨੇ ਜਿਹੜੇ ਵਲੋਗ ਬਣਾਉਣ ਲੱਗੇ ਉਹ ਬਹੁਤ ਪਸੰਦ ਆ ਸੀ ਅੱਜ ਨੇ ਜਿਹੜੇ ਵਲੋਗ ਕੀ ਜਿਹੜਾ ਮੌਜੂਦ ਹੈ ਉਹ ਕਬਰਿਸਤਾਨ ਦੀ ਸਫਾਈ ਨੇ ਹਵਾਲੇ ਨਾਲ ਅੱਜ ਇਨਸ਼ਾ ਅੱਲਾਹ ਤਾਲਾ ਬੰਦਾ ਇੱਕ ਲਾਉਣਾ ਸਫਾਈ ਕਰਨ ਸਹੀ ਹਾਂ ਕਬਰਿਸਤਾਨ ਨੇ ਜਿਹੜਾ ਕੋਈ ਫਾਲਤੂ ਘਾਹ ਸ਼ਾਹ ਜਾਂ ਬੂਟੀ ਛੁੱਟੀ ਵੱਧੀ ਵੀ ਉਹ ਇਨਸ਼ਾ ਅੱਲਾਹ ਤਾਲਾ ਕਰਦੇ ਸਹੀ ਹਾਂ ਉਸ ਤੋਂ ਬਾਅਦ ਫਿਰ ਮਸ਼ੀਨ ਮਰਸਾਂ ਜੇਕਰ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਲਾਈਕ ਕਰਿਓ ਸ਼ੇਅਰ ਵੀ ਕਰਿਓ ਅਤੇ ਘੰਟੀ ਨੇ ਬਟਨੇ ਜ਼ਰੂਰ ਦਿਓ ਤਾਂ ਕਿ ਅੱਜ ਆਉਣ ਵਾਲੀ ਹਰ ਵੀਡੀਓ ਉਰਤੋਂ ਸਭ ਤੋਂ ਪਹਿਲੇ ਪਹੁੰਚੇ ਅੱਗੋਂ ਤੱਕੋ ਨਾ ਤੱਕੋ ਤੂੰ ਵੀ ਆਪਣੀ ਮਰਜ਼ੀ ਠੀਕ ਹੈ ਜੀ ਅਤੇ ਮੌਸਮ ਨੇ ਹਵਾਲੇ ਨਾਲ ਗੱਲ ਕੀਤੀ ਜਾਏ ਤਾਂ ਹੁਣ ਅੱਜ ਦੂਸਰਾ ਦਿਹਾੜਾ ਕਿ ਮਾਸ਼ਾ ਅੱਲਾਹ ਖੂਬ ਅੱਛੀ ਤਰ੍ਹਾਂ ਧੁੱਪ ਨਿਕਲਣੀ ਪਈ ਅਤੇ ਖੂਬ ਅੱਛਾ ਮੌਸਮ ਹੋਇਆ ਵਾ ਅਤੇ ਕਣਕਾਂ ਸ਼ਣਕਾਂ ਜਿਹੜੀਆਂ ਰਹਿਣੀਆਂ ਸਨ ਉਹ ਵੀ ਹੁਣ ਗਾਣੇ ਦੀ ਤਿਆਰੀ ਹੋਣੀ ਪਈ ਪਿੱਛੇ ਤਾਂ ਕਿਸੇ ਨੂੰ 43 ਦਿੱਲੀ ਨੂੰ ਕਣਕ ਵਾ ਠੀਕ ਹੈ ਜੀ ਅਤੇ ਬਾਕੀ ਹੁਣ ਤੁਸੀਂ ਕਿ ਬੈਕ ਬੈਕ ਕੈਮਰੇ ਨਾਲ ਜੀ ਕਰਾਉਣੇ ਕਬਰਿਸਤਾਨ ਨੇ ਹਵਾਲੇ ਨਾਲ ਅਤੇ ਕਾਫੀ ਗੰਦ ਬਣਿਆ ਸੀ ਲੇਕਿਨ ਹੁਣ ਇਨਸ਼ਾ ਅੱਲਾਹ ਤਾਲਾ ਸਫਾਈ ਸੁਥਰਾਈ ਨਾਲ ਕੰਮ ਸ਼ੁਰੂ ਕਰਨਾ ਅੱਛਾ ਤਾਂ ਕਿਸੇ ਨੇ ਤੁਸੀਂ ਕਿ ਮਾਸ਼ਾ ਅੱਲਾਹ ਬੂਟੀ ਛੁੱਟੀ ਤਾਂ ਕਾਫੀ ਸਬਜ਼ ਸ਼ਦਾ ਵੀ ਹੋਈ ਲੇਕਿਨ ਇੱਕ ਬੂਟੀ ਕਾਫੀ ਵਧੀ ਹੋਈ ਇਸ ਕਿੰਨੀ ਵੀ ਜਿਹੜਾ ਨਾ ਜਾਮਤ ਕਰਨ ਵਾਲੀ ਅਸੀਂ ਜਾਮਤ ਕਰਸਾਂ ਕੱਟਰ ਆਉਣ ਸਾਂ ਫਿਰ ਅਸੀਂ ਖੂਬ ਅੱਛੀ ਤਰ੍ਹਾਂ ਜਾਮਤ ਕਰਕੇ ਕੋਈ ਡਿਜ਼ਾਇਨ ਦੇ ਸਾਂ ਇਸਕੀ ਕੋਈ ਲੁੱਕ ਦੇ ਸਾਂ ਇਸਕੀ ਬਾਕੀ ਇਹ ਤੂਤ ਅਤੇ ਫੁੱਲ ਵਾਲੀ ਬੂਟੀਆਂ ਉਸ ਤੋਂ ਇਲਾਵਾ ਜਿਹੜਾ ਨਾ ਤੁਸੀਂ ਤਾਂ ਕਿਸੇ ਨੇ ਉਹ ਵੀ ਉਸਨੇ ਨਾਲੇ ਦੀ ਬੂਟੀ ਵੀ ਕਾਫੀ ਵਧੀ ਵੀ ਇਤਨੀ ਵਧੀ ਵੀ ਕਿ ਲੋਕ ਬੋਝ ਨਹੀਂ ਵੀ ਝੁੱਕੀ ਵੀ ਥੱਲੇ ਬਾਕੀ ਇਹ ਫਾਲਤੂ ਜਿਹੜੀ ਬੂਟੀ ਹੈ ਇਹ ਤੱਕਣੇ ਪਿਆ ਇਸਕੀ ਨਾਲ ਕਟਾ ਸਾਂ ਭਾਈ ਇਹ ਕਾਹ ਕਿਹਾ ਵਾ ਇੱਕ ਬੰਦੇ ਕੀ ਠੀਕ ਆ ਕੁਦਰ ਜੁਲਿਓ ਵਕਤ ਕੇ ਖਾਣੇ ਵਕਤ ਕੋ ਨਹੀਂ ਹੋਣਾ ਤੇ ਡੋਣੇ ਵਕਤ ਕੀ ਆ ਤਾਂ ਖਾਣਾ ਅੱਲੇ ਫਿਰ ਵੀ ਜਿਹੜਾ ਰਾਜ਼ੀ ਤਾਂ ਕੋ ਨਾ ਹੋਣੇ ਨਾ ਮੈਂ ਅੱਛਾ ਨਾ ਅੱਛਾ ਚਲੋ ਠੀਕ ਹੈ ਜੀ ਨਾਜ਼ਰੀਨ ਨੇ ਕਣਕ ਡੋਣ ਜੁਲੇ ਚੱਜ ਪਾੜੀ ਨਹੀਂ ਅਤੇ ਤੁਸੀਂ ਦੱਸਣਾ ਸਾਂ ਬਈ ਕਬਰਿਸਤਾਨ ਨੇ ਵੀ ਜਿਹੜੀ ਬੂਟੀ ਛੂਟੀ ਹੈ ਇਹ ਤਾਂ ਕਿਸੇ ਨੇ ਹੋ ਕੇ ਕਾਫੀ ਬੂਟੀ ਹੋਈ ਵੀ ਅਤੇ ਇਹਨਾਂ ਕੀ ਸਫਾਈ ਸੁਥਰਾਈ ਕਰਾ ਸਾਂ ਉਹ ਨਾਲ ਜਿਹੜੀ ਦੀਵਾਰਾਂ ਨਾਲ ਬੂਟੀ ਛੁੱਟੀ ਉਹ ਵੀ ਸਾਰੀ ਯਾਨੀ ਕਿ ਓਵਰਆਲ ਜਿਹੜਾ ਨਾ ਕਬਰਿਸਤਾਨ ਨੇ ਜਿਹੜੀ ਇਹ ਵਿੱਚ ਕਬਰਾਂ ਨੇ ਬੂਟੀ ਛੁੱਟੀ ਹੈ ਇਸਕੀ ਸਫਾਈ ਕਰਾਉਣੇ ਆ ਅਤੇ ਉਸ ਤੋਂ ਬਾਅਦ ਫਿਰ ਮਾਰਸਾਂ ਘਾਹ ਕੱਟਣ ਵਾਲੀ ਮਸ਼ੀਨ ਇਹ ਤਾਂ ਕਿਸੇ ਨੇ ਹੋ ਕੇ ਘਾਹ ਵੀ ਜਿਹੜਾ ਬੜਾ ਬੜਾ ਹੋਇਆ ਵਾ ਇਸ ਕਾਇਕੀ ਮਸ਼ੀਨ ਮਾਰਸਾਂ ਅਤੇ ਇਹ ਸਾਫ਼ ਸੁਥਰਾ ਹੋਈ ਜਾ ਸੀ ਬਾਕੀ ਬੂਟੀ ਛੁੱਟੀ ਜਿਹੜਾ ਨਾ ਇਹਨਾਂ ਕਿ ਪਾਣੀ ਛਾਣੀ ਦੇ ਸਾਂ ਪਾਣੀ ਤਾਂ ਖੈਰ ਬਾਰਿਸ਼ ਹੋਈ ਲੱਗੀ ਆ ਵਾ ਬੂਟੀ ਛੋਟੀ ਕਰ ਸਾਂ ਸਾਫ਼ ਸੁਥਰਾ ਮਾਹੌਲ ਹੋ ਗਿਆ ਸੀ ਠੀਕ ਹੈ ਜੀ ਇਹ ਤਾਂ ਕੀ ਸਕਦੇ ਹੋ ਇਹ ਜਿਹੜੀ ਫਾਲਤੂ ਬੂਟੀ ਹੋਈ ਵੀ ਇਸ ਵੀ ਕੱਢਣਾ ਪਿਆ ਸੀ ਕਬਰਿਸਤਾਨ ਉੱਤੇ ਵੀ ਜਿਹੜੀ ਕੋਈ ਫਾਲਤੂ ਘਾਹ ਜਾਂ ਬੂਟੀ ਹੈ ਉਹ ਵੀ ਰਿਮੂਵ ਕਰ ਸਾਂ ਅਤੇ ਫਿਰ ਸਾਫ਼ ਸੁਥਰਾ ਮਾਹੌਲ ਹੋ ਗਿਆ ਸੀ ਫਿਰ ਉਸ ਤੋਂ ਬਾਅਦ ਇਨਸ਼ਾ ਅੱਲਾਹ ਤੁਸਾਂ ਨਾਲ ਵਿਊ ਕਰਾਉਣੇ ਆ ਅਤੇ ਫਿਲਹਾਲ ਇਤਨਾ ਹੀ ਹੈ ਕਿਉਂਕਿ ਮਸ਼ੀਨ ਅਤੇ ਹਲੇ ਸਫਾਈ ਸੁਥਰਾਈ ਜਿਸ ਟਾਈਮ ਹੋ ਹੀ ਰਹੇ ਸੀ ਉਹ ਨਾਲ ਫਿਰ ਤੁਸੀਂ ਕੀ ਚੱਕਾ ਸਾਂ ਠੀਕ ਹੈ ਜੀ ਜੁਲਨੇ ਆ ਘਰ ਕੋਈ ਖਾਣੇ ਪੀਣੇ ਦਾ ਬੰਦੋਬਸਤ ਕਰਨੇ ਆ ਸਾਡੇ ਨਾਲ ਬਣੀ ਦੇ ਰਿਹਾ ਵੀਡੀਓ ਤੱਕਿਆ ਜ਼ਰੂਰ ਅੱਲਾ الرحمن الرحيم اللهم اغفر لحينا وميتنا وشاهدنا وغائبنا وصغيرنا وكبيرنا وذكرنا وانثانا اللهم من احييته منا ففيه على الاسلام ومن توفيته منا فتوفه على الايمان لا اله الا الله محمد رسول الله صلى الله عليه واله وسلم جی ناظرین تا کی سکنے ہو کہ اس بوٹے نے میں کٹائی شٹائی شروع کر ہی دتی اے اوزار اس نے نال میں کٹائی کرنا تھا تا کی سکنے بھائی ਉਹ ਬੜੀ ਡਲ ਜਾਏਗੀ ਉਹ ਕੱਟਸਾਂ ਫਿਰ ਉਸ ਤੋਂ ਬਾਅਦ ਜਿਹੜਾ ਨਾ ਇਸਕੀ ਥੋੜ੍ਹੀ ਜਿਹੀ ਹੋਰ ਡਿਜ਼ਾਇਨਿੰਗ ਗੁਲਾਈ ਜੀ ਦੇ ਕੇ ਇਸ ਨਾਲ ਕੰਮ ਖਤਮ ਹੋ ਗਿਆ ਸੀ ਇਹ ਬੂਟਾ ਹੈ ਲੇਕਿਨ ਸਾਹਮਣੇ ਤੱਕਣੇ ਪਿਆ ਹੋ ਬੁਲਬੁਲ ਕਾ ਬੱਚਾ ਖਾਤਾ ਤਾਂ ਖਿਚੜੀ ਇਹ ਬੁਲਬੁਲ ਬੈਠੀ ਨੇ ਇਸਨੇ ਬੱਚੇ ਨੇ ਚੋਕ ਦੇਣੇ ਚਾਹੀਏ ਠੀਕ ਹੈ ਜੀ ਮੈਂ ਹੁਣ ਤੁਸੀਂ ਜੂਤ ਖਾਣਾ ਇਹਨਾਂ ਨਾਲ ਛੇੜਛਾੜ ਨਾ ਕਰਨੀ ਬਹੁਤ ਨਿੱਕੇ ਨੇ ਕਿ ਕਾਂ ਛਾਂ ਜਾਂ ਕੋਈ ਚੀਜ਼ ਖਾਈ ਨਾ ਜਾਏ ਇਹ ਤਾਂ ਕੀ ਸਕਦੇ ਹੋ
ਦੇਖਿਓ ਮੈਂ ਇਹਨਾਂ ਨਾਲ ਜ਼ੁਲਮ ਨਾ ਕਰਨਾ ਚਾਹੁੰਦਾ, ਇਹਨਾਂ ਦੀ ਭਾਵਨਾ ਹੀ ਵੀ ਚੋਕ ਦੇਣੇ ਅਤੇ ਮੈਂ ਇਹਨੇ ਥੋੜ੍ਹਾ ਜਿਹਾ ਕਿਉਂਕਿ ਬਿਲਕੁਲ ਓਪਨ ਨੇ, ਥੋੜ੍ਹਾ ਜਿਹਾ ਅਗਰ ਇਹਨਾਂ ਦੀ ਬੂਟਾ ਆਈ ਜਾਏ ਤਾਂ ਕਿਉਂਕਿ ਕਾਂ ਛਾਂ ਜਿਹੜਾ ਨਾ ਨਹੀਂ ਖਾਣੇ ਦਾ ਖਤਰਾ ਹੋਣਾ, ਠੀਕ ਹੈ। ਇਸ ਵਾਸਤੇ ਇਸ ਬੂਟੇ ਕੀ ਥੋੜ੍ਹਾ ਬਹੁਤਾ ਜਿਹੜਾ ਥੱਲੋ ਸਫਾਈ ਹੈ ਉਹ ਕਰੀ ਛੋੜ ਸਾ ਲੈ ਕੇ ਨਾ ਪਰੂ ਮੱਲੂ ਨਾ ਕੱਢਣਾ। ਅਸੀਂ ਨਾਜ਼ਰੀਨ ਤਾਂ ਕਿਸੇ ਨੂੰ ਜਾ ਸਕੇ ਇਸ ਬੂਟੇ ਕੀ ਕਟਾਈ ਕਰੀ ਗਈ ਸਾਡੇ ਸਾਡੇ ਤੋਂ ਥੋੜ੍ਹੀ ਜਿਹੀ ਬੁੱਲੂ ਵੀ ਕਟਾਈ ਕੀਤੀ ਤਾਂ ਕਿ ਹਵਾ ਸ਼ਵਾ ਲੱਗੇ, ਬਾਕੀ ਉੱਥੇ ਤੁਸੀਂ ਦੱਸਿਆ ਬਈ ਉੱਥੇ ਬੁਲਬੁਲ ਨੇ ਬੱਚੇ ਨੇ ਇਸ ਵਾਸਤੇ ਉਸਕੀ ਛੇੜਛਾੜ ਨਾ ਕਰਨਾ, ਠੀਕ ਹੈ। ਉੱਥੇ ਮੈਂ ਬਲਕਿ ਉਹ ਕਹਿਣੀ ਹੋਰ ਰੱਖੀ ਛੋੜੀ ਤਾਂ ਕਿ ਥੋੜ੍ਹਾ ਜਿਹਾ ਉਹਨੇ ਪਰਦਾ ਪਈ ਜਾ, ਬਾਕੀ ਇਸ ਬੂਟੇ ਨੇ ਵੀ ਉਹ ਸ਼ਾਖਾ ਬਚੀਆਂ ਸਨ, ਉਹਨੇ ਕਿ ਕਟਾਈ ਕਟਾਈ ਕੀਤੀ ਸਾਫ ਸੁਥਰਾ ਹੋਈ ਆ ਅਤੇ ਬੁੱਲੂ ਜਿਹੜਾ ਨਾ ਥੋੜ੍ਹਾ ਖਰਚਾ ਸਫਾਈ ਕਰ, ਬਾਕੀ ਇਸ ਬੂਟੇ ਤੱਕ ਕਿ ਸਗੋਂ ਕੱਲ੍ਹ ਕਿਸ ਤਰ੍ਹਾਂ ਸੀ ਹੁਣ ਮਾੜੀ ਤਰ੍ਹਾਂ ਤੱਕ ਕਿਸ ਤਰ੍ਹਾਂ ਸ਼ਰੀਫ ਬਣੀ ਗਿਆ ਅਤੇ ਬਾਕੀ ਬੱਚਾ ਲੱਗਿਆ ਵਾ ਤੁਸੀਂ ਸਗਲੇ ਸਫਾਈ ਸਫਾਈ ਕਰਨਾ ਪਿਆ, ਇਹ ਬੂਟੀ ਛੂਟੀ ਸਫਾਈ ਕੀਤੀ ਅਤੇ ਟੁੱਟ ਤੱਕ ਸਗਨੋ, ਬਾਕੀ ਕੁਝ ਥੋੜ੍ਹੀ ਬਹੁਤ ਜਿਹੜੀ ਕਸਰ ਰਹੀ ਜਾ ਸੀ ਇਨਸ਼ਾਅੱਲਾ ਮਸ਼ੀਨ ਨਾਲ ਕੱਢੀ ਗਈ ਸਾਂ, ਅਤੇ ਸਗਨੋ ਕਿੱਥੇ ਪਹਿਲੇ ਬੂਟੀ ਸੀ ਹੁਣ ਸਾਫ਼ ਸੁਥਰਾ ਮਾਹੌਲ ਰਹੀ ਗਿਆ ਜੀ ਮਾਸ਼ਾਅੱਲਾ। ਤੱਕ ਸਗਨੋ ਜਿਹੜਾ ਗਾਏ ਸ਼ਾਹ ਵਾਲੀ ਸਫਾਈ ਸੀ ਜਾਂ ਬੂਟੀ ਛੂਟੀ ਵਾਲੀ ਉਹ ਤਾਂ ਕੰਮ ਹੋਈ ਗਿਆ ਗੁੱਡ ਮਾਸ਼ਾਅੱਲਾ, ਹੁਣ ਰਹੀ ਗਈ ਸਾਡੀ ਹਿੰਮਤ ਨਹੀਂ ਗੱਲ ਉਹ ਸਵੇਰੇ ਇਨਸ਼ਾਅੱਲਾ ਤਾਲਾ ਮਾਰਫਾ ਮਸ਼ੀਨ ਜਿਹੜਾ ਬਾਕੀ ਗਾਹ ਸ਼ਾਹ ਬਚਿਆ ਵਾ ਉਹ ਮਸ਼ੀਨ ਮਾਰਤਾ, ਬਾਕੀ ਤੁਸੀਂ ਤਾਂ ਕਿਸੇ ਨੂੰ ਬੂਟੀ ਛੁੱਟੇ ਨਹੀਂ ਕਟਾਈ ਕਰੀ ਛੋੜੀ ਸਾਫ਼ ਸੁਥਰਾ ਮਾਹੌਲ ਹੋਈ ਗਿਆ ਅਤੇ ਸਵੇਰੇ ਮਸ਼ੀਨ ਮਾਰਤਾ ਇਨਸ਼ਾਅੱਲਾ ਤਾਲਾ ਅਤੇ ਸਾਰਾ ਕੰਮ ਇਹ ਵਨ ਗਿਆ ਸੀ ਅੱਲਾਹ ਤਾਲਾ ਮਰੂਮੈਨ ਨੇ ਦਰਜਾਤ ਬੁਲੰਦ ਕਰੇ, ਅੱਲਾਹ ਤਾਲਾ ਨੇ ਰਾਤ ਕਬਰਾਂ ਅਤੇ ਕਰੋੜਾਂ ਰਹਿਮਤ ਅਤੇ ਬਰਕਤ ਨਾਲ ਨਜ਼ੂਲ ਫਰਮਾਇਆ ਇਨਸ਼ਾਅੱਲਾ ਤਾਲਾ, ਬਾਕੀ ਜਿਹੜਾ ਥੋੜ੍ਹਾ ਬਹੁਤ ਸਫਾਈ ਨਾ ਕੰਮ ਰਹੀ ਗਿਆ ਸਵੇਰੇ ਮਸ਼ੀਨ ਸ਼ੀਸ਼ੀਨ ਮਾਰੀ ਛੋੜ ਸਾਂ ਅਤੇ ਗੁੱਡ ਹੋ ਗਿਆ ਸੀ ਇਹ ਵਨ ਹੋ ਗਿਆ ਸੀ ਕੰਮ ਸਾਰਾ ਜੀ। ਆਉਸ ਬਿੱਲਾ ਜੀ ਮੇਰੇ ਸ਼ੇਤਾਨ ਬਿੱਲਾ ਹੀ ਮੇਰੇ ਸ਼ੇਤਾਨ ਰਜੀਮ ਬਿਸਮਿਲ੍ਲਾ ਰਹਿਮਾਨ ਰਹੀਮ ਜੀ। ਨਾਜ਼ਰੀਨ ਤਾਂ ਕੀ ਸਕਦੇ ਹੋ ਇਹ ਮਸ਼ੀਨ ਵੀ ਮਾਰੀ ਛੋੜੀ, ਇਹ ਮਸ਼ੀਨ ਪਈ ਤੁਸਾਂ ਕੋਲ ਸਾਹਮਣੇ ਸਾਹਮਣੇ ਮਸ਼ੀਨ ਹੁਣ ਮਾਰੀ ਅਤੇ ਕੀ ਸਕਦੇ ਹੋ ਕਿ ਸਾਰਾ ਜਿਹੜਾ ਗਾਹ ਸ਼ਾਹ ਸੀ ਵਿੱਚ ਸਫਾਈ ਸੁਥਰਾਈ ਕਰੀ ਛੋੜੀ, ਠੀਕ ਹੈ ਜੀ। ਸਾਰੀ ਸਫਾਈ ਹੋਏਗੀ ਸਾਰਾ ਉੱਧਰੋਂ ਵੀ ਦੁਬਾਰਾ ਸ਼ਹਿਰਾਂ ਨੇ ਨੇੜੇ ਵੀ ਸਫਾਈ ਹੋਏਗੀ, ਇੱਧਰੋਂ ਵੀ ਜਿਹੜੀ ਮਸ਼ੀਨ ਲੱਗਣੀ ਸੀ ਮਸ਼ੀਨ ਮਾਰੀ ਆਲ ਟੂ ਆਲ। ਅਤੇ ਨਾਜ਼ਰੀਨ ਫਿਰ ਇਸਨੇ ਬਦਲੇ ਵੀ ਬੇਰ ਵਸੂਲ ਹੋਏ ਨੇ ਬੇਰ ਚੱਕੋ ਨਾ ਫਿਰ ਫਿਰ ਖਾਸੋ। ਚਲੋ ਫਿਲਹਾਲ ਤਾਂ ਮੈਂ ਜੋਲੇ ਨੇ ਤੋਤਾ ਰੱਖਿਆ ਵਾ ਇੱਕੋ ਤੋਤੇ ਵਾਸਤੇ ਜੋਲੇ ਨੇ ਅਤੇ ਹੁਣ ਜੁਲੇ ਹਾਂ ਘਰ ਵਾਲੇ ਪਾਸੇ ਬਾਕੀ ਤੁਸੀਂ ਤਾਂ ਕਿਸੇ ਨੂੰ ਮਾਸ਼ਾ ਅੱਲਾਹ ਕੈਸੇ ਜ਼ਬਰਦਸਤ ਖੂਬਸੂਰਤ ਹੋ ਗਿਆ ਕੰਮ ਸਾਫ਼ ਸੁਥਰਾ ਮਾਹੌਲ ਹੋਈ ਗਿਆ ਫਿਰ ਬੰਦ ਕੰਮ ਹੋ ਗਿਆ ਓਵਰਆਲ ਤਾਂ ਕਿਸੇ ਨੂੰ ਠੀਕ ਹੈ ਜੀ ਸਾਫ਼ ਸੁਥਰਾ ਮਾਹੌਲ ਹੋਈ ਗਿਆ ਇਹ ਬੰਦ ਹੋਈ ਗਿਆ ਠੀਕ ਹੈ। ਬੰਦੇ ਹੋ ਜ਼ਿਆਦਾ ਨਿੱਕੀ ਵੀ ਅਤੇ ਮਾੜੀ ਜਿਹੀ ਮਸ਼ੀਨ ਕੀ ਵੀ ਜਲਣਿਆ ਫਿਰ ਘਰ ਵਾਲੇ ਪਾਸ ਥੋੜ੍ਹਾ ਜਿਹਾ ਘਰ ਰਹਿਣਾ ਅਗਰ ਮਾਈ ਨਹੀਂ ਰਹਿਣੀ ਕੱਪੜੇ ਤੋਂ ਇਸ ਤੋਂ ਇਲਾਵਾ ਬਾਕੀ ਕਲੀਅਰ ਠੀਕ ਹੈ ਜੀ। ਹੁਣ ਦਿਓ ਆਪਣੇ ਮੇਜ਼ਬਾਨ ਆ ਫਿਰ ਰਮਜ਼ਾਨ ਕੀ ਇਜਾਜ਼ਤ ਚਾਹ ਵੀ ਮਾੜੀ ਪਈ ਦੇ ਵਿੱਚ ਤਾਂ ਖਾ ਘਟਿਆ ਚਾਹ ਪੀਣੇ ਫਿਰ ਜਲਣਿਆ ਘਰ ਵਾਲੇ ਪਾਸ ਇਹ ਮਸ਼ੀਨ ਫਿਰ ਵੀ ਆਪਣੀ ਜ਼ਿੰਦਗੀ ਨਹੀਂ ਚੀਜ਼ਾਂ ਨਾਲ ਨਾਲ ਟੂਲ ਚੀਨ ਆਉਣਾ ਮੈਂ ਟੂਲ ਵੀ ਨਾਲ ਆਉਂਦਾ ਠੀਕ ਹੈ ਖੁਦਾ ਹਾਫਿਜ਼ ਲੰਮੇ ਜਬਾਨ।